ਅਸੀਂ ਅੱਜ SYL ਸਤਲੁਜ ਯਮਨਾ ਲਿੰਕ ਜਿਹੜੀ ਨਹਿਰ ਹੈ ਉਹਦੇ ਬਾਰੇ ਗੱਲ ਕਰਾਂਗੇ ਕਿ ਸਿੱਧੂ ਮੂਸੇਵਾਲੇ ਦੇ ਕੱਲ੍ਹ ਵਾਲੇ ਗਾਣੇ ਦੇ ਵਿੱਚ ਬਲਵਿੰਦਰ ਸਿੰਘ ਜਟਾਣਾ ਦਾ ਜ਼ਿਕਰ ਕੀਤਾ ਗਿਆ ਅਤੇ ਬਲਵਿੰਦਰ ਸਿੰਘ ਜਟਾਣਾ ਕੌਣ ਸੀਗਾ SYL ਨਹਿਰ ਪਿੱਛੇ ਪੰਜਾਬ ਦੇ ਵਿੱਚ ਸਾਰੀ ਸੁੱਕੀ ਹੈ ਪਰ ਇੱਥੋਂ ਅੱਗੇ ਇਹ ਚੱਲਦੀ ਹੈ ਦਿੱਲੀ ਤੱਕ ਇਹ ਜਿਹੜਾ ਤੁਸੀਂ ਦੇਖ ਰਹੇ ਹੋ ਇਸ ਟਾਈਮ ਨਾ ਇਹ SYL ਹੈ ਇਹ SYL ਚੱਲ ਰਹੀ ਹੈ ਇੱਕ ਪੂਰੀ ਪਿੰਡ ਉਹੀ ਹੈ ਜਿੱਥੇ ਪਿੱਛੇ ਜੇ ਮੋਰਚਾ ਲੱਗਾ ਸੀ ਜੀ ਉੱਥੇ ਹੀ ਉਸੇ ਪਿੰਡ ਦੇ ਵਿੱਚ ਉਹਨੂੰ SYL ਨੂੰ ਰੋਕਣ ਦੀ ਮੋਰਚਾ ਲੱਗਾ ਸੀ ਉਸੇ ਪਿੰਡ ਦੇ ਵਿੱਚ ਇੰਦਰਾ ਗਾਂਧੀ ਨੇ ਆ ਕੇ 1982 8 ਅਪ੍ਰੈਲ ਨੂੰ ਉਹ ਖੁਦਾਈ ਵਾਸਤੇ ਪਹਿਲਾਂ ਟੱਕ ਲਾਇਆ ਸੀ SYL ਦਾ ਜਿਹੜਾ ਰੌਲਾ ਹੈ ਸ਼ੁਰੂ ਕਿੱਥੋਂ ਹੋਇਆ ਸੀ ਪੈਣਾ ਹੁਣ ਕਿੱਥੇ ਕੁ ਤੱਕ ਲਟਕਦਾ ਹੈ ਕੀ ਸਰਕਾਰਾਂ ਦੇ ਰੋਲ ਰਹੇ ਹੈ ਇੱਕ ਪਾਸੇ ਭਾਖੜਾ ਨਹਿਰ ਚੱਲਦੀ ਹੈ ਅਤੇ ਦੂਜੇ ਪਾਸੇ ਜਿਹੜੀ ਹੈ ਉਹ SYL ਨਹਿਰ ਚੱਲ ਰਹੀ ਹੈ ਬਿਨਾਂ ਕਿਸੇ ਜਾਣਕਾਰੀ ਤੋਂ ਰੌਲਾ ਨਾ ਪਾਈ ਜਾਓ ਕਿ SYL ਚੱਲ ਨਹੀਂ ਰਹੀ ਅੱਗੇ ਜਾ ਕੇ ਇਹ ਨਹਿਰ ਚੱਲ ਰਹੀ ਹੈ ਇਹ ਤੋਂ ਕੰਮ ਲਿਆ ਜਾ ਰਿਹਾ ਹੁਣ ਆਪਾਂ ਗੱਲ ਕਰਦੇ ਹਾਂ ਕਿ SYL ਦਾ ਮੁੱਢ ਕਿੱਥੋਂ ਬਣਿਆ ਸੁਪਰੀਮ ਕੋਰਟ ਵਾਰ ਵਾਰ ਇਹੀ ਕਹਿ ਰਿਹਾ ਹੈ ਕਿ ਇਸ ਨੂੰ ਨਹਿਰ ਨੂੰ ਚਲਾਇਆ ਜਾਏ ਪਰ ਵਿਰੋਧ ਹੋਣ ਕਰਕੇ ਕਿਸੇ ਨਾ ਕਿਤੇ ਫਿਰ ਇਹ ਰੁਕ ਜਾਂਦਾ ਹੈ MS ਸਿਕਰੀ ਅਤੇ ਅਵਤਾਰ ਸਿੰਘ ਔਲਖ ਇਹਨਾਂ ਨੂੰ 23 ਜੁਲਾਈ 1990 ਨੂੰ ਇਹਨੇ ਬਲਵਿੰਦਰ ਸਿੰਘ ਜਟਾਣਾ ਨੇ ਜਾ ਕੇ ਗੋਲੀ ਮਾਰਤੀ ਸੀਗੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਤੁਹਾਡਾ ਦਾ ਪੰਜਾਬ ਵਰਲਡ ਦੇ ਵਿੱਚ ਮੈਂ ਸਾਹਿਬ ਸਿੰਘ ਲੈ ਕੇ ਹਾਜ਼ਰ ਹਾਂ ਇੱਕ ਨਵਾਂ ਬਲੌਗ ਨਵੀਂ ਥਾਂ ਅਤੇ ਨਵੀਂ ਗੱਲ ਦੋਸਤੋ ਅੱਜ ਆਪਾਂ ਪੰਜਾਬ ਦੇ ਵਿੱਚ ਨਾ ਕਰੰਟ ਅਫੇਅਰ ਜੋ ਚੱਲ ਰਿਹਾ ਇਹਨਾਂ ਦਿਨਾਂ ਦੇ ਵਿੱਚ SYL ਸਿੱਧੂ ਮੂਸੇਵਾਲੇ ਦਾ ਜਿਹੜਾ ਗਾਣਾ ਵੀ ਆਇਆ ਹੈ ਨਾ ਕੱਲ੍ਹ ਹੀ ਰਿਲੀਜ਼ ਹੋਇਆ ਸੋਰੀ ਅੱਜ ਹੈਗੀ ਹੈ 24 ਜੂਨ 2022 ਅਤੇ ਕੱਲ੍ਹ ਉਹ ਗਾਣਾ ਰਿਲੀਜ਼ ਹੋਇਆ ਇਸ ਕਰਕੇ ਬੜਾ ਭੱਖਦਾ ਮੁੱਦਾ ਹੈ ਪੰਜਾਬ ਦਾ ਅੱਜ SYL ਸੋ ਅਸੀਂ ਅੱਜ SYL ਸਤਲੁਜ ਯਮਨਾ ਲਿੰਕ ਜਿਹੜੀ ਨਹਿਰ ਹੈ ਉਹਦੇ ਬਾਰੇ ਗੱਲ ਕਰਾਂਗੇ ਮੈਂ ਹੈਗਾ ਇਸ ਟਾਈਮ ਘਨੌਰ ਦੇ ਵਿੱਚ ਅਤੇ ਦੋਸਤੋ ਮੈਂ ਕੋਸ਼ਿਸ਼ ਕਰਾਂਗਾ ਕਿ ਤੁਹਾਨੂੰ ਉਹ ਹਰ ਚੀਜ਼ ਜਿਹੜੀ ਹੈ ਉਹ ਦਿਖਾਈ ਜਾਏ ਸਮਝਾਈ ਜਾਏ ਕਿ SYL ਦਾ ਮੁੱਦਾ ਕਿੱਥੋਂ ਸ਼ੁਰੂ ਹੋਇਆ ਕਿਵੇਂ ਸ਼ੁਰੂ ਹੋਇਆ ਅਤੇ ਉਹਨੂੰ ਕਿਵੇਂ ਕਿਵੇਂ ਆਪਾਂ ਅੱਗੇ ਜਿਹੜੀ ਸਰਕਾਰਾਂ ਨੇ ਚੱਲਦਾ ਰੱਖਿਆ ਸੋ ਸਭ ਤੋਂ ਪਹਿਲਾਂ ਜਿਹੜਾ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਉਹ ਦਿਖਾਉਣਾ ਚਾਹੁੰਦਾ ਇਹ ਜਿੱਥੇ ਮੈਂ ਖੜ੍ਹਾ ਇਸ ਟਾਈਮ ਇਹ ਘਨੌਰ ਦੇ ਵਿੱਚ ਹੈਗੀ ਹੈ ਭਾਖੜਾ ਨਹਿਰ ਭਾਖੜਾ ਨਹਿਰ ਦੋਸਤੋ ਮੈਂ ਤੁਹਾਨੂੰ ਤਾਂ ਦਿਖਾ ਰਿਹਾ ਕਿਉਂਕਿ ਅੱਗੇ ਨਾ ਜਿੱਥੇ ਆਪਾਂ ਇੱਕ ਮੈਂ ਤੁਹਾਨੂੰ ਪੁਆਇੰਟ 'ਤੇ ਲੈ ਕੇ ਜਾਵਾਂਗਾ ਉੱਥੇ ਜਾ ਕੇ ਆਪਾਂ ਦੇਖਾਂਗੇ ਕਿ ਭਾਖੜਾ ਨੂੰ SYL ਦੇ ਨਾਲ ਅਟੈਚ ਕਰ ਦਿੱਤਾ ਗਿਆ ਅੱਗੇ ਜਾ ਕੇ SYL ਨਹਿਰ ਜਿਹੜੀ ਹੈ ਉਹ ਚੱਲ ਰਹੀ ਹੈ ਸੋ ਇਹ ਵੀ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਇਹਦੇ ਬਾਰੇ ਵੀ ਸੋ ਇੱਕ ਤਾਂ ਮੈਂ ਤੁਹਾਨੂੰ ਅੱਜ ਉਹ ਪੁਆਇੰਟ ਦਿਖਾਵਾਂਗਾ ਦੂਜਾ ਆਪਾਂ ਗੱਲ ਕਰਾਂਗੇ ਕਿ SYL ਨਹਿਰ ਨੂੰ ਬਣਾਉਣ ਦੀ ਲੋੜ ਕਿਉਂ ਪਈ ਕਿਹੜੀ ਕਿਹੜੀ ਸਰਕਾਰ ਦਾ ਕਿਵੇਂ ਕਿਵੇਂ ਦਾ ਰੋਲ ਰਿਹਾ ਕਦੋਂ ਕਦੋਂ ਕਿਵੇਂ ਕਿਵੇਂ ਇਹਦੇ 'ਚ ਕੀ ਹੁੰਦਾ ਰਿਹਾ ਉਹ ਹੁਣ ਤੱਕ ਦਾ ਮੈਂ ਤੁਹਾਨੂੰ ਸਾਰਾ ਜਿੰਨੀ ਕੁ ਮੈਂ ਜਾਣਕਾਰੀ ਇਕੱਠੀ ਕਰ ਸਕਿਆ ਸਾਰੀ ਤੁਹਾਨੂੰ ਡਿਟੇਲ 'ਚ ਦੱਸਣ ਦੀ ਕੋਸ਼ਿਸ਼ ਕਰੂੰਗਾ ਬਸ ਬੇਨਤੀ ਹੈ ਕਿ ਬਣੇ ਰਹੋ ਸਾਡੇ ਨਾਲ ਅਤੇ ਜੇਕਰ ਵੀਡੀਓ ਨੂੰ ਤੁਸੀਂ ਹੁਣ ਤੱਕ ਲਾਈਕ ਨਹੀਂ ਕੀਤਾ ਤਾਂ ਲਾਈਕ ਜ਼ਰੂਰ ਕਰ ਦਿਓ ਕਮੈਂਟ ਜ਼ਰੂਰ ਕਰਿਓ ਅਤੇ ਅੱਗੇ ਸ਼ੇਅਰ ਕਰਨਾ ਨਾ ਭੁੱਲਿਓ ਮੇਰਾ ਵੀਰ ਚਲੋ ਜੀ ਬਣੇ ਰਹੋ ਸਾਡੇ ਨਾਲ ਹੁਣ ਆਪਾਂ ਅੱਗੇ ਜਾ ਕੇ ਦੇਖਦੇ ਹਾਂ ਇਹ ਭਾਖੜਾ ਨਹਿਰ ਹੈ ਅੱਗੇ ਮੈਂ ਤੁਹਾਨੂੰ ਇੱਕ ਪੁਆਇੰਟ 'ਤੇ ਲੈ ਕੇ ਚੱਲਾਂਗਾ ਜਿੱਥੇ ਭਾਖੜਾ ਅਤੇ SYL ਦੋਨੋਂ ਆਪਸ 'ਚ ਮਿਲ ਜਾਣਗੀਆਂ ਸੋ ਆਓ ਚੱਲਦੇ ਹਾਂ ਦੋਸਤੋ ਆਪਾਂ ਇਸ ਟਾਈਮ ਨਾ ਖੜ੍ਹੇ ਹੈਗੇ ਹਾਂ ਸਰਾਲੇ ਤੋਂ ਅੱਗੇ ਆ ਕੇ ਜਿੱਥੇ ਹਰਿਆਣਾ ਬਾਰਡਰ ਪੈ ਜਾਂਦਾ ਹੈ ਸਮੈਲਪੁਰ ਅਤੇ ਮਲੌਰ ਪਿੰਡਾਂ ਦੇ ਨੇੜੇ ਖੜ੍ਹੇ ਹਾਂ ਇੱਥੇ ਤੁਸੀਂ ਦੇਖ ਸਕਦੇ ਹੋ ਮੇਰੇ ਇੱਕ ਪਾਸੇ ਭਾਖੜਾ ਨਹਿਰ ਚੱਲਦੀ ਹੈ ਅਤੇ ਦੂਜੇ ਪਾਸੇ ਜਿਹੜੀ ਹੈ ਉਹ SYL ਨਹਿਰ ਚੱਲਦੀ ਹੈ SYL ਨਹਿਰ ਪਿੱਛੇ ਪੰਜਾਬ ਦੇ ਵਿੱਚ ਸਾਰੀ ਸੁੱਕੀ ਹੈ ਪਰ ਇੱਥੋਂ ਅੱਗੇ ਇਹ ਚੱਲਦੀ ਹੈ ਦਿੱਲੀ ਤੱਕ ਜਿਵੇਂ ਸਾਨੂੰ ਅਧਿਕਾਰੀਆਂ ਤੋਂ ਪਤਾ ਲੱਗਿਆ ਜੋ ਉਹਨਾਂ ਨੇ ਦੱਸਿਆ ਉਹਦੇ ਮੁਤਾਬਕ ਇਹ ਜੋ ਪੀਣ ਜੋਗਾ ਪਾਣੀ ਹੈ ਜਾਂ ਓਵਰਫਲੋ ਪਾਣੀ ਹੋ ਜਾਂਦਾ ਅੱਗੇ ਸਤਲੁਜ ਦੇ ਵਿੱਚ ਜਦੋਂ ਹੜ੍ਹਦੇ ਆ ਦਿਨਾਂ ਦੇ ਵਿੱਚ ਤਾਂ ਉਹ ਪਾਣੀ ਜਿਹੜਾ ਹੈ ਉਹ ਸਾਰਾ SYL ਦੇ ਵਿੱਚ ਛੱਡ ਦਿੰਦੇ ਹੈ ਇਹਨਾਂ ਅਧਿਕਾਰੀਆਂ ਦੇ ਮੁਤਾਬਕ ਇਹਨਾਂ ਨੇ ਦੱਸਿਆ ਕਿ ਇਹ ਜਿਹੜਾ ਇੱਥੋਂ SYL ਚੱਲ ਕੇ ਦਿੱਲੀ ਤੱਕ ਚੱਲ ਰਹੀ ਹੈ ਠੀਕ ਹੈ ਜੀ ਸੋ ਮੈਂ ਤੁਹਾਨੂੰ ਅੱਗੇ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਸਾਨੂੰ ਅੱਗੇ ਗਾਹਾਂ ਪਤਾ ਲੱਗਿਆ ਥੋੜ੍ਹਾ ਜਿਹਾ ਕਿੱਥੋਂ ਇਹ ਪਾਣੀ ਜਿਹੜਾ ਹੈ ਭਾਖੜਾ ਨਹਿਰ ਦਾ SYL ਦੇ ਵਿੱਚ ਕਿਵੇਂ ਪਾਇਆ ਜਾ ਰਿਹਾ ਕਿਵੇਂ ਉਹ ਅੱਗੇ ਚੱਲ ਰਿਹਾ ਉਹ ਵੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਬਣੇ ਰਹੋ ਸਾਡੇ ਨਾਲ ਇਹ ਦੋਸਤੋ ਦੇਖੋ ਤੁਸੀਂ ਜਿਹੜਾ ਦੇਖ ਰਹੇ ਹੋ ਨਾ ਇਹ ਗੇਟ ਬਣਾਇਆ ਹੋਇਆ ਇਹਨਾਂ ਨੇ ਇੱਥੇ ਰੋਕ ਲਾਈ ਹੋਈ ਹੈ ਪਾਣੀ ਦੀ ਕਿ ਪਿੱਛੇ ਪੰਜਾਬ ਵੱਲ ਨਾ ਜਾਵੇ ਪਾਣੀ ਇਹ SYL ਦੇ ਵਿੱਚ ਪੈ ਰਿਹਾ ਪਿਆ ਹੋਇਆ ਪਾਣੀ ਹੈ ਇਹ ਉਹਦਾ ਆਪਣਾ ਭਾਖੜਾ ਨਹਿਰ ਦਾ ਪਾਣੀ SYL ਦੇ ਵਿੱਚ ਪਿਆ ਹੋਇਆ
ਜਿਹੜਾ ਤੁਸੀਂ ਦੇਖ ਰਹੇ ਹੋ ਇੱਥੇ ਰੋਕ ਲਾਈ ਹੋਈ ਹੈ ਇਹਦੇ ਵਿੱਚ ਤਾਂ ਕਿ ਪਾਣੀ ਜਿਹੜਾ ਉਹ ਬੈਕ ਪਿੱਛੇ ਤੱਕ ਨਾ ਜਾਵੇ ਇਹ ਗਾਂ ਸਿੱਧਾ ਹਰਿਆਣੇ ਵੱਲ ਨੂੰ ਜਾਂਦਾ ਪਾਣੀ ਇਹ ਜਿਹੜਾ ਤੁਸੀਂ ਦੇਖ ਰਹੇ ਹੋ ਇਸ ਟਾਈਮ ਨਾ ਇਹ SYL ਹੈ ਇਹ SYL ਚੱਲ ਰਹੀ ਹੈ ਇਹ ਦਿੱਲੀ ਤੱਕ ਕਹਿੰਦੇ ਇੱਦਾਂ ਹੀ ਚੱਲ ਰਹੀ ਹੈ ਸੋ ਕਈ ਮੇਰੇ ਵੀਰਾਂ ਨੂੰ ਇਹ ਭੁਲੇਖਾ ਹੋਏਗਾ ਵੀ ਸ਼ਾਇਦ SYL ਬੰਦ ਹੈ ਨਹੀਂ ਭਾਈ ਇਹ ਪੰਜਾਬ ਤੋਂ ਗਾਹਾਂ ਆ ਕੇ ਤੁਸੀਂ ਇੱਥੇ ਆ ਕੇ ਦੇਖੋ ਇਹ ਚੱਲਦੀ ਹੈ ਪਿੱਛੋਂ ਪੰਜਾਬ ਦੇ ਵਿੱਚੋਂ ਨਹੀਂ ਚੱਲਦੀ ਹਾਂ ਉਹ ਗੱਲ ਮੰਨਣਯੋਗ ਹੈ ਪਰ ਅੱਗੇ ਇਹ ਚੱਲ ਰਹੀ ਹੈ ਭਾਖੜਾ ਨਹਿਰ ਦਾ ਪਾਣੀ ਚਾਹੇ ਉਹ ਇਹ ਕਹਿ ਲਓ ਵੀ ਓਵਰਫਲੋ ਜਿਹੜਾ ਪਾਣੀ ਹੋ ਜਾਂਦਾ ਸਤਲੁਜ ਦਾ ਉਹ ਪਾਉਂਦੇ ਆ ਇਹਦੇ ਵਿੱਚ ਚਾਹੇ ਉਹ ਪੀਣ ਵਾਸਤੇ ਪਾਣੀ ਜਿਹੜਾ ਅੰਬਾਲੇ ਨੂੰ ਕੱਢਦੇ ਆ ਉਹ ਵਾਲਾ ਜਾਂਦਾ ਪਰ SYL ਕੁੱਲ ਮਿਲਾ ਕੇ ਆਪਾਂ ਇਹ ਕਹਿ ਸਕਦੇ ਹਾਂ ਕਿ ਚੱਲ ਰਹੀ ਹੈ ਉਹ ਹਰਿਆਣੇ ਤੋਂ ਅਗਲੇ ਪਾਸੇ ਵੱਲ ਨੂੰ ਚੱਲਦੀ ਹੈ ਪਿੱਛੇ ਪੰਜਾਬ ਦੇ ਵਿੱਚ ਨਹੀਂ ਚੱਲਦੀ ਪਰ ਹਰਿਆਣੇ ਤੋਂ ਅੱਗੇ ਚੱਲਦੀ ਹੈ ਇਹ ਜਿਹੜਾ ਤੁਸੀਂ ਦੇਖ ਰਹੇ ਹੋ ਬਾਈ ਗੁਰਪ੍ਰੀਤ ਹੋਰੀ ਤੁਹਾਨੂੰ ਦਿਖਾ ਰਹੇ ਹੈ ਇਹ ਅਸੀਂ ਬਿਲਕੁਲ ਇਹ SYL ਦੇ ਉੱਤੇ ਜਿਹੜਾ ਗੇਟ ਬਣਿਆ ਹੋਇਆ ਹੈ ਨਾ ਉਹਦੇ ਉੱਤੇ ਖੜ੍ਹੇ ਹਾਂ ਅਤੇ ਬਿਲਕੁਲ ਪਾਣੀ ਦੇ ਵਿੱਚ ਹੈ ਦੇਖੋ ਇਹ ਗੇਟ ਬਣਿਆ ਹੋਇਆ ਇਹ ਗੇਟ ਦੀ ਉਹ ਲੀਕਿੰਗ ਵਾਲਾ ਪਾਣੀ ਹੈ ਜਿਹੜਾ ਪਿੱਛੇ ਨੂੰ ਗਿਆ ਹੋਇਆ ਪੰਜਾਬ ਵੱਲ ਨੂੰ ਤੁਸੀਂ ਦੇਖ ਰਹੇ ਹੋ ਹਰੀ ਪੱਤੀ ਹੈ ਜਿੱਥੇ ਪਈ ਹੋਈ ਇਹ ਲੀਕਿੰਗ ਵਾਲਾ ਪਾਣੀ ਹੈ ਜਿਹੜਾ ਪਿੱਛੇ ਤੱਕ ਗਿਆ ਹੋਇਆ ਪੰਜਾਬ ਵੱਲ ਨੂੰ ਅੱਗੇ ਇਹ ਤੁਸੀਂ ਸਾਫ਼ ਪਾਣੀ ਦੇਖ ਰਹੇ ਹੋ ਸਾਰਾ ਜਿਹੜਾ ਇਹ ਹੈਗਾ ਹਰਿਆਣੇ ਵੱਲ ਨੂੰ ਜਾ ਰਿਹਾ SYL ਦਾ ਪਾਣੀ ਜਾ ਰਿਹਾ ਜਿਹੜਾ ਪਾਣੀ ਇਹ ਹੈਗਾ ਭਾਖੜਾ ਦਾ ਹੀ ਅੱਗੋਂ ਪਾਇਆ ਹੋਇਆ ਪਰ SYL ਦੇ ਰਾਹੀਂ ਜਾ ਰਿਹਾ ਸੋ ਆਪਾਂ ਕਹਿ ਸਕਦੇ ਹਾਂ ਕਿ SYL ਨਹਿਰ ਜਿਹੜੀ ਹੈ ਉਹ ਹਰਿਆਣੇ ਤੋਂ ਦਿੱਲੀ ਤੱਕ ਚੱਲ ਰਹੀ ਹੈ ਸੋ ਆਓ ਆਪਾਂ ਅੱਗੇ ਦੇਖਦੇ ਹਾਂ ਕਿ ਇਹ ਪਾਣੀ ਪੈਂਦਾ ਕਿੱਥੋਂ ਹੈ ਇਹਦੇ ਵਿੱਚ ਉਹ ਕਿਵੇਂ ਦਾ ਸਿਸਟਮ ਪ੍ਰੋਜੈਕਟ ਲਾਇਆ ਹੋਇਆ ਉਹ ਵੀ ਮੈਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਅਤੇ ਫਿਰ ਆਪਾਂ ਗੱਲ ਅੱਗੇ ਉਹ ਵੀ ਕਰਨੀ ਹੈ ਕਿ ਇਹ SYL ਦਾ ਜਿਹੜਾ ਰੌਲਾ ਹੈ ਸ਼ੁਰੂ ਕਿੱਥੋਂ ਹੋਇਆ ਸੀ ਪੈਣਾ ਹੁਣ ਕਿੱਥੇ ਤੱਕ ਲਟਕਦਾ ਕੀ ਸਰਕਾਰਾਂ ਦੇ ਰੋਲ ਰਹੇ ਹੈ ਉਹ ਵੀ ਮੈਂ 10 ਮਿੰਟ ਦੀ ਗੱਲ ਤੁਹਾਡੇ ਨਾਲ ਕਰਨੀ ਹੈ ਬਣੇ ਰਹੋ ਸਾਡੇ ਨਾਲ ਆ ਜਾਓ ਦੋਸਤੋ ਇਹ ਨਾ ਅਸੀਂ ਜਿਹੜਾ ਇਹ ਗੇਟ ਬਣਾਇਆ ਹੋਇਆ ਨਾ SYL ਦੇ ਉੱਤੇ ਉਹਦੇ ਬਿਲਕੁਲ ਉੱਪਰ ਆ ਗਏ ਹਾਂ ਇਹ ਲੋਹੇ ਦੇ ਚੈਂਦਰਾਂ ਦੇ ਬਣਾਇਆ ਹੋਇਆ ਇਹ ਜਿਹੜੇ ਤੁਸੀਂ ਨੀਲੇ ਨੀਲੇ ਰੰਗ ਦੇ ਦੇਖ ਰਹੇ ਹੋ ਪ੍ਰੋਜੈਕਟ 'ਚ ਬਣੇ ਹੋਏ ਹੈ ਨਾ ਇਹ ਹੈਗੇ ਹੈ ਇਹਨਾਂ ਗੇਟਾਂ ਨੂੰ ਉੱਪਰ ਚੱਕ ਦਿੰਦੇ ਆ ਇਹ ਜਦੋਂ ਕਦੇ ਲੋੜ ਪਏ ਨਾ ਪਾਣੀ ਇੱਧਰ ਉੱਧਰ ਕਰਨ ਦੀ ਤਾਂ ਇੱਥੋਂ ਇਹ ਬ੍ਰੇਕਰ ਕਹਿ ਸਕਦੇ ਹਾਂ ਇਹਨੂੰ ਆਪਾਂ ਇਹਨੂੰ ਉੱਪਰ ਚੱਕ ਕੇ ਜਿਹੜੇ ਗੇਟ ਖੋਲ੍ਹ ਦਿੱਤੇ ਜਾਂਦੇ ਆ ਇਹ ਅਸੀਂ ਤੁਹਾਨੂੰ ਉੱਪਰ ਦਾ ਵਿਊ ਦਿਖਾ ਰਹੇ ਹਾਂ ਬਿਲਕੁਲ SYL ਤੋਂ SYL ਦੇ ਉੱਪਰ ਦਾ ਵਿਊ ਹੈ ਇਹ ਜਿਹੜਾ ਤੁਸੀਂ ਦੇਖ ਰਹੇ ਹੋ ਇਸ ਟਾਈਮ ਅਤੇ ਪਰਲੇ ਪਾਸੇ ਦੇਖੋ ਭਾਖੜਾ ਨਹਿਰ ਹੈ ਜਿਹੜੀ ਪਰਲੇ ਪਾਸੇ ਚੱਲ ਰਹੀ ਹੈ ਬਿਲਕੁਲ ਤੁਹਾਨੂੰ ਇੱਥੋਂ ਸਾਫ਼ ਦਿਖ ਰਿਹਾ ਹੋਏਗਾ ਇੱਕ ਪਾਸੇ ਭਾਖੜਾ ਨਹਿਰ ਚੱਲਦੀ ਹੈ ਅਤੇ ਦੂਜੇ ਪਾਸੇ ਜਿਹੜੀ ਹੈ ਉਹ SYL ਨਹਿਰ ਚੱਲ ਰਹੀ ਹੈ ਤੁਸੀਂ ਬਿਲਕੁਲ ਸਾਫ਼ ਦੇਖ ਰਹੇ ਹੋ ਉਹੀ ਸੇਮ ਉਹੀ ਰੰਗ ਦਾ ਪਾਣੀ ਭਾਖੜਾ ਚੱਲਦਾ ਉਹੀ ਰੰਗ ਦਾ ਪਾਣੀ ਜਿਹੜਾ ਇਹਦੇ 'ਚ ਆਪਣਾ SYL 'ਚ ਚੱਲ ਰਿਹਾ ਸੋ ਦੋਸਤੋ ਇਹ ਜਿਹੜੀ ਭਾਖੜਾ ਨਹਿਰ ਪਿੱਛੋਂ ਆ ਰਹੀ ਹੈ ਇਹਨੂੰ ਇੱਥੇ ਆ ਕੇ ਨਰਵਾਣਾ ਬ੍ਰਾਂਚ ਕਹਿ ਦਿੰਦੇ ਹੈ ਨਰਵਾਣਾ ਬ੍ਰਾਂਚ ਦਾ ਪਾਣੀ ਹੈ ਇਹ ਪਿੱਛੋਂ ਭਾਖੜਾ ਹੀ ਹੈ ਇਹ ਉੱਦਾਂ ਠੀਕ ਹੈ ਮੇਨ ਜਿਹੜੀ ਹੈ ਆਹ ਭਾਖੜੇ ਤੋਂ ਹੀ ਰਹੀ ਹੈ ਪਰ ਇਹ ਨਰਵਾਣਾ ਬ੍ਰਾਂਚ ਆ ਕੇ ਵੱਜਦੀ ਹੈ ਇੱਥੇ ਠੀਕ ਹੈ ਜੀ ਅਸੀਂ ਇਸ ਵਕਤ ਬਿਲਕੁਲ ਗੇਟ ਦੇ ਉੱਤੇ ਖੜ੍ਹੇ ਹਾਂ SYL ਦਾ ਗੇਟ ਹੈ ਜਿਹੜਾ ਬਣਿਆ ਹੋਇਆ ਸੋ ਅਸੀਂ ਇਰੀਗੇਸ਼ਨ ਅਧਿਕਾਰੀਆਂ ਨਾਲ ਵੀ ਗੱਲ ਕੀਤੀ ਹੈ ਉਹਨਾਂ ਨੇ ਵੀ ਸਾਨੂੰ ਬਹੁਤ ਸਹਿਯੋਗ ਦਿੱਤਾ ਇਸ ਜਾਣਕਾਰੀ ਦੇ ਵਿੱਚ ਅਸੀਂ ਉਹਨਾਂ ਦੇ ਵੀ ਧੰਨਵਾਦੀ ਹਾਂ ਸੋ ਆਓ ਆਪਾਂ ਅੱਗੇ ਚੱਲ ਕੇ ਵੀ ਦੇਖਦੇ ਹਾਂ ਹੁਣ ਅੱਗੇ ਕਿਵੇਂ ਦਾ ਅੱਗੇ ਬਣਿਆ ਹੋਇਆ ਹੈ ਜਿੱਥੋਂ ਪਾਣੀ ਕ੍ਰੋਸ ਹੋ ਰਿਹਾ ਅੱਛਾ ਜੀ ਹਾਂਜੀ ਦੋਸਤੋ ਮੈਂ ਇਸ ਟਾਈਮ ਖੜ੍ਹਾ ਮਲੌਰ ਹੈੱਡ ਦੇ ਉੱਤੇ ਪਿੱਛੋਂ ਆਪਾਂ ਨਰਵਾਣਾ ਹੈੱਡ ਤੋਂ ਆਏ ਹਾਂ ਸੋ ਹੁਣ ਮੈਂ ਤੁਹਾਨੂੰ ਉਹ ਥਾਂ ਦਿਖਾਉਣੀ ਹੈ ਜਿੱਥੋਂ ਭਾਖੜਾ ਨਹਿਰ ਦਾ ਪਾਣੀ SYL ਦੇ ਵਿੱਚ ਪੈ ਰਿਹਾ ਸੋ ਆਓ ਮੇਰੇ ਨਾਲ ਮੈਂ ਦਿਖਾਉਂਦਾ ਬਾਈ ਗੁਰਪ੍ਰੀਤ ਸਰਵਾਰਾ ਸਾਹਿਬ ਆਓ ਜੀ ਮਾੜਾ ਜਿਹਾ ਦਿਖਾਓ ਅੱਗੇ ਆ ਕੇ ਕਿ ਕਿਵੇਂ ਉਹ ਪਾਣੀ ਜਿਹੜਾ ਹੈ ਭਾਖੜਾ ਤੋਂ SYL 'ਚ ਪੈ ਰਿਹਾ ਸੋ ਆਹ ਦੇਖੋ ਤੁਸੀਂ ਇਹ ਜਿਹੜਾ ਪਾਣੀ ਹੈ ਇੱਥੋਂ ਭਾਖੜਾ ਨਹਿਰ ਤੋਂ ਠੀਕ ਹੈ ਜੀ ਇਹ ਭਾਖੜਾ ਹੈ ਜਿਹੜੀ ਆਪਾਂ ਘਨੌਰ ਤੋਂ ਪਿੱਛੋਂ ਮੈਂ ਤੁਹਾਨੂੰ ਦਿਖਾਉਂਦਾ ਆ ਰਿਹਾ ਇਹ ਉਹ ਭਾਖੜਾ ਨਹਿਰ ਹੈ ਪਿੱਛੇ ਨਰਵਾਣਾ ਹੈੱਡ ਸੀਗਾ ਇਹ ਮਲੌਰ ਹੈੱਡ ਹੈ ਠੀਕ ਹੈ ਜੀ ਇਹ ਇੱਥੋਂ ਜਿਹੜਾ ਪਾਣੀ ਹੈ ਇਹ ਮੈਂ ਤੁਹਾਨੂੰ ਦਿਖਾਉਂਦਾ ਇਹ ਇੱਧਰ ਆ ਜਾਓ ਹੁਣ ਦੂਜੇ ਪਾਸੇ ਬਾਈ ਆ ਜਾਓ ਮੜ ਜਾ ਇੱਧਰ ਨੂੰ ਇਹ ਆਹ ਦੂਜੇ ਪਾਸੇ ਹੈਗੀ ਹੈ ਜੀ ਆਪਣੀ SYL ਸਤਲੁਜ ਯਮੁਨਾ ਲਿੰਕ ਜਿਹਦਾ ਰੌਲਾ ਪਈ ਜਾਂਦਾ ਆਪਣੇ ਪੰਜਾਬ 'ਚ ਸੋ ਇਹ ਦੇਖੋ ਇਹ ਪਾਣੀ ਇੱਧਰ ਕ੍ਰੋਸ ਹੋ ਰਿਹਾ ਇਹ ਭਾਖੜਾ ਦਾ ਪਾਣੀ SYL ਦੇ ਵਿੱਚ ਪੈ ਰਿਹਾ ਇਹ ਪਾਣੀ ਅੱਗੇ ਹਰਿਆਣੇ ਨੂੰ ਵੀ ਜਾ ਰਿਹਾ ਅਤੇ ਦਿੱਲੀ ਤੱਕ ਵੀ ਜਾ ਰਿਹਾ ਇਹ ਪੀਣ ਯੋਗ ਪਾਣੀ ਹੈ ਪੀਣ ਵਾਸਤੇ ਹੀ ਵਰਤਿਆ ਜਾਂਦਾ ਹੋਰ ਜਿੰਨੇ ਪਰਪਸ ਹੋ ਸਕਦੇ ਹੈ ਵਰਤਦੇ ਹੀ ਹੋਣੇ ਆ ਲੋਕ ਸਾਰੇ ਕੰਮਾਂ ਵਾਸਤੇ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਐਵੇਂ ਬਿਨਾਂ ਕਿਸੇ ਜਾਣਕਾਰੀ ਤੋਂ ਰੌਲਾ ਨਾ ਪਾਈ ਜਾਓ ਕਿ SYL ਚੱਲ ਨਹੀਂ ਰਹੀ ਅੱਗੇ ਜਾ ਕੇ ਇਹ ਨਹਿਰ ਚੱਲ ਰਹੀ ਹੈ ਇਹ ਤੋਂ ਕੰਮ ਲਿਆ ਜਾ ਰਿਹਾ
ਸੋ ਹਾਂ ਪਿੱਛੋਂ ਪੰਜਾਬ ਦੇ ਵਿੱਚੋਂ ਜ਼ਰੂਰ ਨਹੀਂ ਚੱਲ ਰਹੀ ਹੈਗੀ ਇਹ ਅੱਗੋਂ ਇੱਥੋਂ ਚੱਲ ਰਹੀ ਹੈ ਸੋ ਹੁਣ ਮੈਂ ਤੁਹਾਨੂੰ ਐਸ ਵਾਈ ਐਲ ਬਾਰੇ ਵੀ ਗੱਲ ਦੱਸਣੀ ਹੈ ਕਿ ਐਸ ਵਾਈ ਐਲ ਦਾ ਰੌਲਾ ਕਿੱਥੋਂ ਸ਼ੁਰੂ ਹੋਇਆ ਕਿਹਨੇ ਇਹਦੀ ਡਿਮਾਂਡ ਰੱਖੀ ਕਿਹੜੀ ਕਿਹੜੀ ਸਰਕਾਰਾਂ ਨੇ ਕੀ ਇਹਦੇ 'ਚ ਰੋਲ ਅਦਾ ਕੀਤੇ ਤੋ ਕਪੂਰੀ ਦਾ ਜਿਹੜਾ ਰੌਲਾ ਸੀਗਾ ਕਪੂਰੀ ਪਿੰਡ ਦਾ ਰੌਲਾ ਪੈਂਦਾ ਹੈ ਸਾਡੇ ਪਟਿਆਲੇ ਜ਼ਿਲ੍ਹੇ ਦਾ ਪਿੰਡ ਹੈ ਅਤੇ ਉਹ ਵੀ ਮੈਂ ਤੁਹਾਨੂੰ ਦੱਸੂਗਾ ਵੀ ਉੱਥੋਂ ਕੀ ਸ਼ੁਰੂ ਹੋਇਆ ਕਿਵੇਂ ਸ਼ੁਰੂ ਹੋਇਆ ਸੋ ਉਹਦੇ ਬਾਰੇ ਵੀ ਗੱਲ ਕਰਦੇ ਹਾਂ ਪਰ ਪਹਿਲਾਂ ਮੇਰਾ ਮਕਸਦ ਸੀ ਮੈਂ ਤੁਹਾਨੂੰ ਦਿਖਾ ਦੇਵਾਂ ਕਿ ਕਿਵੇਂ ਜਿਹੜਾ ਭਾਖੜਾ ਦਾ ਪਾਣੀ ਹੈ ਉਹ ਐਸ ਵਾਈ ਐਲ ਦੇ ਵਿੱਚ ਪੈ ਰਿਹਾ ਅਤੇ ਅੱਗੇ ਐਸ ਵਾਈ ਐਲ ਚੱਲ ਰਹੀ ਹੈ ਸੋ ਉਹ ਮੈਂ ਤੁਹਾਨੂੰ ਸਾਰਾ ਦਿਖਾ ਚੁੱਕਾ ਉਹਦੇ ਵਾਸਤੇ ਦੇਖਣ ਵਾਸਤੇ ਤੁਹਾਡਾ ਧੰਨਵਾਦ ਹੁਣ ਆਪਾਂ ਗੱਲ ਕਰਦੇ ਹਾਂ ਕਿ ਐਸ ਵਾਈ ਐਲ ਦਾ ਮੁੱਢ ਕਿੱਥੋਂ ਬਣਿਆ ਅਸਲ ਦੇ ਵਿੱਚ ਨਾ 1966 ਦੇ ਵਿੱਚ ਹੀ ਇਹਦਾ ਮੁੱਢ ਬੰਨਿਆ ਗਿਆ ਸੀ ਐਸ ਵਾਈ ਐਲ ਦਾ ਜਦੋਂ ਆਪਣਾ ਪੰਜਾਬ ਅਲੱਗ ਹੋਇਆ ਹੈ ਨਾ ਉਸ ਵੇਲੇ ਤੋਂ ਹੀ ਹਰਿਆਣੇ ਨੇ ਨਾ ਆਪਣਾ ਦਾਅਵਾ ਠੋਕਤਾ ਸੀ ਪਾਣੀਆਂ ਦਾ ਕਿ ਮੇਰੇ ਹਿੱਸੇ ਦਾ ਪਾਣੀ ਮੈਨੂੰ ਦਿੱਤਾ ਜਾਏ ਤਾਂ ਉਸ ਵੇਲੇ ਦੀ ਸਰਕਾਰਾਂ ਨੇ ਫਿਰ ਕੀ ਕੀਤਾ ਇਸ ਪਾਣੀ ਨੂੰ ਨਾ ਮਿਲੀਅਨ ਏਕੜ ਫੁੱਟ ਦੇ ਵਿੱਚ ਮਿਣਿਆ ਜਾਂਦਾ ਹੈ ਤਾਂ ਰਾਵੀ ਅਤੇ ਵਿਆਸ ਦਰਿਆ ਦਾ ਜਿਹੜਾ 15.85 ਮਿਲੀਅਨ ਏਕੜ ਫੁੱਟ ਪਾਣੀ ਸੀਗਾ ਉਹਦੇ ਵਿੱਚੋਂ 8 MAF ਮਿਲੀਅਨ ਏਕੜ ਫੁੱਟ ਜਿਹੜਾ ਉਹ ਰਾਜਸਥਾਨ ਨੂੰ ਦਿੱਤਾ ਅਤੇ 7.2 MAF ਜਿਹੜਾ ਪੰਜਾਬ ਨੂੰ ਅਤੇ 0.65 MAF ਜਿਹੜਾ ਉਹ ਕਸ਼ਮੀਰ ਨੂੰ ਦੇਣ 'ਤੇ ਸਮਝੌਤਾ ਹੋਇਆ ਦੈਨ ਉਸ ਤੋਂ ਬਾਅਦ ਕੀ ਹੋਇਆ ਕਿ 1976 ਦੇ ਵਿੱਚ ਸੈਂਟਰ ਗੌਰਮੈਂਟ ਨੇ ਜਿਹੜਾ ਪੰਜਾਬ ਦਾ ਹਿੱਸਾ ਸੀਗਾ ਨਾ 7.2 ਉਹਦੇ ਵਿੱਚੋਂ 3.5 ਹਿੱਸਾ ਕਹਿਤਾ ਵੀ ਤੁਸੀਂ ਹਰਿਆਣੇ ਨੂੰ ਦਿਓ ਤਾਂ ਉਹ ਹਿੱਸਾ ਦੇਣ ਵਾਸਤੇ ਫਿਰ ਇੱਕ ਨਹਿਰ ਖੁਦਣੀ ਪੈਣੀ ਸੀ ਪੰਜਾਬ ਦਾ ਪਾਣੀ ਜੇਕਰ ਹਰਿਆਣੇ ਨੂੰ ਦੇਣਾ ਸੀ ਤਾਂ ਆਪਾਂ ਨੂੰ ਇੱਕ ਨਹਿਰ ਬਣਾਉਣੀ ਪੈਂਦੀ ਹੈ ਤਾਂ ਉਹ ਨਹਿਰ ਬਣਾਉਣ ਦਾ ਜਿਹੜਾ ਕੰਮ ਸੀਗਾ ਉਹ ਐਸ ਵਾਈ ਐਲ ਨਹਿਰ ਉਦੋਂ ਸ਼ੁਰੂ ਹੋਈ ਉਦੋਂ ਇਹ ਨਾਮ ਜਿਹੜਾ ਹੋਣ ਦੇ ਵਿੱਚ ਆਇਆ ਕਿ ਐਸ ਵਾਈ ਐਲ ਨਹਿਰ ਬਣਾਈ ਜਾਏਗੀ ਸਤਲੁਜ ਦਾ ਪਾਣੀ ਯਮੁਨਾ ਤੱਕ ਪਹੁੰਚਾਇਆ ਜਾਏਗਾ ਜਿਹੜਾ ਕਿ ਪੰਜਾਬ ਤੋਂ ਹਰਿਆਣੇ ਨੂੰ 3.5 MAF ਹਿੱਸਾ ਦੇਣਾ ਸੀ ਆਪਾਂ ਦੈਨ ਉਸ ਤੋਂ ਬਾਅਦ ਫਿਰ ਜਦੋਂ ਇਹ ਉਸ ਵੇਲੇ ਤਤਕਾਲੀਨ ਮੁੱਖ ਮੰਤਰੀ 3 ਰਾਜਾਂ ਦੇ ਪੰਜਾਬ ਹਰਿਆਣਾ ਅਤੇ ਰਾਜਸਥਾਨ ਦੇ ਉਹਨਾਂ ਨੇ ਅਤੇ ਪ੍ਰਧਾਨ ਮੰਤਰੀ ਨੇ ਇੱਕ ਇੰਟਰਸਟੇਟ ਮੀਟਿੰਗ ਕੀਤੀ ਉਹਦੇ ਵਿੱਚ ਇਹਨਾਂ ਨੇ ਇੱਕ ਸਮਝੌਤਾ ਕੀਤਾ ਜਿਹਦੇ ਵਿੱਚ ਇਹਨਾਂ ਨੇ ਸਾਈਨ ਕੀਤੇ ਕਿ ਇਹ ਐਸ ਵਾਈ ਐਲ ਚਲਾਈ ਜਾਏਗੀ ਕੱਢੀ ਜਾਏਗੀ ਦੈਨ ਉਸ ਤੋਂ ਬਾਅਦ 8 April 1982 ਨੂੰ ਫਿਰ PM ਇੰਦਰਾ ਗਾਂਧੀ ਸਾਡੇ ਪਟਿਆਲੇ ਜ਼ਿਲ੍ਹੇ ਦਾ ਇੱਕ ਪਿੰਡ ਹੈ ਕਪੂਰੀ ਉਸ ਪਿੰਡ ਦੇ ਵਿੱਚ ਆ ਕੇ ਆਪਣੇ ਹੱਥੀਂ ਟੱਕ ਲਾ ਕੇ ਜਾਂਦੇ ਹੈ ਇਸ ਨਹਿਰ ਨੂੰ ਬਣਾਉਣ ਵਾਸਤੇ ਇਹ ਕਪੂਰੀ ਪਿੰਡ ਉਹੀ ਹੈ ਜਿੱਥੇ ਪਿੱਛੇ ਜੇ ਮੋਰਚਾ ਲੱਗਾ ਸੀ ਜੀ ਉੱਥੇ ਹੀ ਉਸੇ ਪਿੰਡ ਦੇ ਵਿੱਚ ਉਹਨੂੰ ਐਸ ਵਾਈ ਐਲ ਨੂੰ ਰੋਕਣ ਲਈ ਮੋਰਚਾ ਲੱਗਾ ਸੀ ਉਸੇ ਪਿੰਡ ਦੇ ਵਿੱਚ ਇੰਦਰਾ ਗਾਂਧੀ ਨੇ ਆ ਕੇ 1982 8 April ਨੂੰ ਉਹ ਖੁਦਾਈ ਵਾਸਤੇ ਪਹਿਲਾਂ ਟੱਕ ਲਾਇਆ ਸੀ ਤਾਂ ਇਹ ਜਿਹੜੀ ਨਹਿਰ ਹੈ 214 ਕਿਲੋਮੀਟਰ ਟੋਟਲ ਲੰਬੀ ਹੈ ਦੋਸਤੋ ਜਿਹਦਾ ਹਿੱਸਾ 122 ਕਿਲੋਮੀਟਰ ਹਿੱਸਾ ਪੰਜਾਬ ਦੇ ਵਿੱਚ ਹੈ ਅਤੇ 92 ਕਿਲੋਮੀਟਰ ਹਿੱਸਾ ਹਰਿਆਣੇ ਦੇ ਵਿੱਚ ਹੈ ਸੋ ਇਸ ਨਹਿਰ ਨੂੰ ਜਦੋਂ ਬਣਾਉਣ ਦਾ ਰੌਲਾ ਪਿਆ ਹੈ ਨਾ ਬਣਾਉਣ ਵਾਸਤੇ ਕਾਰਵਾਈਆਂ ਆਰੰਭੀਆਂ ਗਈਆਂ ਤਾਂ 1990 ਦੇ ਵਿੱਚ ਇਹਦਾ ਵਿਰੋਧ ਹੋਇਆ ਬਹੁਤ ਜ਼ਿਆਦਾ ਵਿਰੋਧ ਹੋਣ ਕਰਕੇ ਕੰਮ ਰੋਕ ਦਿੱਤਾ ਗਿਆ ਦੈਨ ਉਸ ਤੋਂ ਬਾਅਦ ਫਿਰ ਕੋਰਟ ਕੇਸ ਦੇ ਵੀ ਸੁਪਰੀਮ ਕੋਰਟ ਦੇ ਵਿੱਚ ਕੇਸ ਚਲਾ ਗਿਆ ਸੁਪਰੀਮ ਕੋਰਟ ਨੇ ਫਿਰ ਪੰਜਾਬ ਨੇ ਦਲੀਲ ਦਿੱਤੀ ਕਿ ਸਾਡਾ ਜੀ ਪਾਣੀ ਪਹਿਲਾਂ ਹੀ ਬਹੁਤ ਘੱਟ ਹੈ ਅਸੀਂ ਕਿੱਥੋਂ ਦੇ ਦਈਏ ਹਰਿਆਣੇ ਨੂੰ ਪਰ ਸੁਪਰੀਮ ਕੋਰਟ ਨੇ ਫਿਰ ਵੀ ਇਹੀ ਕਹਿਤਾ ਸੀਗਾ ਕਿ ਜਿਹੜਾ ਇਹ ਆਪਣਾ ਪਾਣੀ ਹੈ ਇਹ ਹਰਿਆਣੇ ਨੂੰ ਦਿੱਤਾ ਜਾਏ ਐਸ ਵਾਈ ਐਲ ਚਲਾਈ ਜਾਏ 2004 ਦੇ ਵਿੱਚ ਵੀ 2008 ਦੇ ਵਿੱਚ ਵੀ ਸੁਪਰੀਮ ਕੋਰਟ ਨੇ ਇਹ ਆਰਡਰ ਕੀਤੇ ਹੋਏ ਹੈ ਕਿ ਇਹਨੂੰ ਪੂਰਾ ਕੀਤਾ ਜਾਏ ਐਸ ਵਾਈ ਐਲ ਨੂੰ ਪਰ 2004 ਦੇ ਵਿੱਚ ਕੈਪਟਨ ਦੀ ਸਰਕਾਰ ਨੇ 12 July 2004 ਨੂੰ ਵਿਧਾਨ ਸਭਾ ਦੇ ਵਿੱਚ ਇੱਕ ਜਿਹੜਾ ਮਤਾ ਪਾਸ ਕੀਤਾ ਜਿਹਦੇ ਵਿੱਚ ਪਾਣੀਆਂ ਪ੍ਰਤੀ ਸਾਰੇ ਸਮਝੌਤੇ ਰੱਦ ਕਰਤੇ ਜਿੰਨੇ ਵੀ ਹੋਏ ਸੀਗੇ ਦੈਨ ਉਸ ਤੋਂ ਬਾਅਦ 15 April 2016 ਨੂੰ ਬਾਦਲ ਸਰਕਾਰ ਨੇ ਇਹ ਤੁਹਾਨੂੰ ਯਾਦ ਹੀ ਹੋਊਗਾ ਹੁਣ ਪਿੱਛੇ ਜੇ 5000 acre ਜਿਹੜਾ ਪਾਣੀ ਸੀਗਾ ਆਪਣੇ 5000 acre ਜਿਹੜੀ ਜ਼ਮੀਨ ਸੀਗੀ ਐਸ ਵਾਈ ਐਲ ਨੂੰ ਬਣਾਉਣ ਦੇ ਵਿੱਚ ਕਿਸਾਨਾਂ ਦੀ ਲੱਗੀ ਸੀਗੀ ਐਕੁਆਇਰ ਕੀਤੀ ਸੀ ਸਰਕਾਰ ਨੇ ਉਹ ਜ਼ਮੀਨ ਜਿਹੜੀ ਹੈ ਫਿਰ ਬਾਦਲ ਸਰਕਾਰ ਨੇ 5 April 2016 ਨੂੰ ਇੱਕ ਡੀ ਨੋਟੀਫਿਕੇਸ਼ਨ ਪਾਸ ਕੀਤਾ ਜਿਹਦੇ ਵਿੱਚ ਸਾਰੇ ਕਿਸਾਨਾਂ ਨੂੰ ਉਹਨਾਂ ਦਾ ਮਾਲਕਾਨਾ ਹੱਕ ਦਿੱਤਾ ਤਾਂ ਉਸ ਦੇ ਨਾਲ ਹੀ 191 crore ਦਾ ਇੱਕ ਚੈੱਕ ਸੀਗਾ ਜਿਹੜਾ ਉਹ ਹਰਿਆਣਾ ਸਰਕਾਰ ਨੂੰ ਵਾਪਸ ਦੇ ਤਾ ਜਿਹੜਾ ਇਹਨਾਂ ਨੇ ਸਾਨੂੰ ਐਸ ਵਾਈ ਐਲ ਬਣਾਉਣ ਵਾਸਤੇ ਦਿੱਤਾ ਸੀ ਸੋ ਇਹ ਜਦੋਂ ਸਾਰਾ ਕੁਛ ਹੋਇਆ ਤਾਂ ਹਰਿਆਣਾ ਨੇ ਫਿਰ ਜਾ ਕੇ ਸੁਪਰੀਮ ਕੋਰਟ ਦੇ ਵਿੱਚ ਅਪੀਲ ਕੀਤੀ ਫਿਰ ਜਿਹੜਾ ਇਹਨੇ ਸੁਪਰੀਮ ਕੋਰਟ ਨੇ 10 November 2016 ਨੂੰ ਕੈਪਟਨ ਸਰਕਾਰ ਦਾ ਜਿਹੜਾ ਮਤੇ ਰੱਦ ਕਰਨ ਵਾਲਾ ਫੈਸਲਾ ਸੀਗਾ ਉਹਨੂੰ ਗੈਰ ਕਾਨੂੰਨੀ ਦੱਸਿਆ ਅਤੇ ਕਿਹਾ ਕਿ ਇਹਨੂੰ ਦੁਬਾਰਾ ਜਿਹੜਾ ਹੈ ਨਹਿਰ ਨੂੰ ਚਲਾਇਆ ਜਾਏ ਸੋ ਸੁਪਰੀਮ ਕੋਰਟ ਵਾਰ ਵਾਰ ਇਹੀ ਕਹਿ ਰਿਹਾ ਹੈ ਕਿ ਇਸ ਨੂੰ ਨਹਿਰ ਨੂੰ ਚਲਾਇਆ ਜਾਏ ਚਲਾਇਆ ਜਾਏ ਪਰ ਵਿਰੋਧ ਹੋਣ ਕਰਕੇ ਕਿਸੇ ਨਾ ਕਿਤੇ ਫਿਰ ਇਹ ਰੁਕ ਜਾਂਦਾ ਪੰਜਾਬ ਜਿਹੜਾ ਜ਼ੋਰਾਂ ਦੇ ਵਿਰੋਧ ਕਰ ਰਿਹਾ ਹਰਿਆਣਾ ਪਾਣੀ ਮੰਗ ਰਿਹਾ ਬਾਕੀ ਬਣੂਗਾ ਕੀ ਸਾਨੂੰ ਨਹੀਂ ਪਤਾ ਪਰ ਅਸੀਂ ਸੁੱਖ ਮੰਗਦੇ ਹਾਂ ਸਾਰਿਆਂ ਦੀ
हरियाणे वाले भी अपने ही ने ते पंजाब वाले भी अपने ही ने, असी सारे जियां दी सुख मंगदे हां। दोस्तों एक मैं तुहानू दस देना चाहुंदा कि सिद्धू मूसेवाले दे कल वाले गाने दे विच बलविंदर सिंह जटाणा दा जिक्र किया गया। यह बलविंदर सिंह जटाणा कौन सीगा? बलविंदर सिंह जटाणा जटाणा पिंड दे विच रहण वाला एक नौजवान सी जिहड़ा रोपड़ जिले दे विच पैंदा। इन्हें 25 सालों की उम्र के अपनी एम ए की स्टडी बिचे छड़ती सी, उस तो बाद खाड़कू मूवमेंट के शामिल हो गए थे। इन्होंने एस वाई एल बनाने वाले ना दो इंजीनियर सीगे एम एस सिकरी ते अवतार सिंह औलख, उन्होंने मारिया सीगा सैक्टर 26 चंडीगढ़ के ऑफिस सीगा इन्हों का, जिथे ये सैकेंड फ्लोर पर काम कर रहे थे। एम एस सिकरी ते अवतार सिंह औलख इन्हों 23 जुलाई 1990 इन्हें बलविंदर सिंह जटाणा ने जाके गोली मारती। सो ये सीगे बलविंदर सिंह जटाणा। उस तो बाद नहर का काम भी रुक गया सीगा, दैन फिर सरकार बदलिया समय बाद फिर चलिया, पर एक बार जिहड़ा काम है रोक दिता गया सीगा। सो ये सीगे बलविंदर सिंह जटाणा। हालांकि बाद दे विच जटाणा के परिवार को भी शहीद कर दिता गया सी गोलियां मार के। सो वो लंबिया कहानियां ने, वो होर तरह दियां गल्लां ने, वो आपां कदे फिर समा लग्या फिर करांगे। सो अज दा ये ब्लॉग तुहानू किवें दा लग्या, अजे जो जानकारी दी तुहानू किवें दी लगी, सानूं कमेंट के रूप में जरूर दस्यो। वीडियो वधिया लगी होए तो लाइक शेयर ते सबसक्राइब साडे चैनल नूं जरूर करियो। बड़ी छेती नवां ब्लॉग नवीं थां ते नवीं गल लैके हाजिर होवांगा। सत श्री अकाल दोस्तों।